दाने गिने ने ओ मिनिमम 103 दाने अच्छा ते मैक्सिमम 132 दाने एक सिटे निकले। लो जी कमाल हो गया, बड़े दाने माशाल्लाह जबरदस्त। इस तो तुम कैलकुलेशन कर सकते हो अपने यानी कि ए बहुत से जी एवरेज जड़ी साडे कोल आई है जड़ी ओ ते आई है जी 70 ठीक है ठीक है। कुछ इलाके ऐसे ने जिन्ना विच फॉर एग्जांपल हाफजाबाद 35 उन्हें केजी सीडल अपनी फील्ड पाया सी और उन्होंने जो हार्वेस्ट की थी हार्वेस्टिंग 90 मन उसकी निकली है प्रोडक्शन माशाल्लाह माशाल्लाह सब तो ज्यादा निकली उसकी। लेकिन उधर शहदादपुर इधर सिंध भी काफ़ी जी भी 70 तक 72-80 तक आई है। अच्छा उधर भी अच्छी जी अच्छी सिंध वाली साइड। हाँ जी सिंध वाली आई थे इतने उस तो बाद चीचावतनी एक दोस्त ने लाई थी ठीक है क्योंकि काफ़ी लोग मेरे को सीड लैके जाते हैं उन्होंने हील्ड काफ़ी आई उन्होंने 68 आई थी। ਤੁਹਾਡੀ ਜਿਹੜੀ ਹੈ ਜ਼ਮੀਨ ਹੈ ਹਾਂਜੀ ਕਿਸ ਕਿਸਮ ਦੀ ਜ਼ਮੀਨ ਹੈ ਔਰ ਕਿੰਨਾ ਬੀਜ ਲਾ ਕੇ ਕਿੰਨੀ ਯੀਲਡ ਆਈ ਤੁਹਾਡੀ? ਇਹ ਜੀ ਪੱਕੇ ਵੱਟ ਦੀ ਜ਼ਮੀਨ ਹੈ ਇਹਦੇ ਵਿੱਚ ਅਸੀਂ 30 ਕਿਲੋ ਸੀਡ ਲਾ ਕੇ ਸਾਡੀ ਯੀਲਡ ਆਈ ਸੀ। ਮਾਸ਼ਾਅੱਲਾ ਜ਼ਬਰਦਸਤ। ਅੱਛਾ ਸਰ ਇਹ ਫਰਮਾਓ ਕਿ ਕਿਉਂਕਿ ਇਹਦਾ ਸਿੱਟਾ ਜਿਹੜਾ ਨਾ ਜੀ ਸਾਰੀ ਬਦਮਨ ਸਾਹਿਬ ਦਾ ਸਿੱਟਾ ਜਿਹੜਾ ਨਾ 7 ਤੋਂ 8 ਇੰਚ ਤੱਕ ਹੁੰਦਾ। ਅੱਛਾ 7 ਦਾ ਵੀ ਹੋਏਗਾ 7.5 ਦਾ ਵੀ 8 ਇੰਚ ਤੱਕ ਇਹਦਾ ਸਿੱਟਾ ਹੁੰਦਾ। ਅੱਛਾ ਔਰ ਇਹਦੀਆਂ ਕੁੰਡੀਆਂ ਜਿਹੜੀਆਂ ਨੇ ਵਿੱਚ ਜਿਹੜੀ ਜਿਹੜੇ ਦਾਣੇ ਬਣਦੇ ਨੇ ਉਹ ਕੁੰਡੀਆਂ ਇਹਦੀਆਂ ਜਿਹਨੇ 22 ਤੋਂ ਲੱਗ ਕੇ ਨਾ 24 ਤੱਕ 23 24 22 ਇਸੀਆਂ ਕੁੰਡੀਆਂ ਹੁੰਦੀਆਂ ਨੇ। ਅੱਛਾ ਔਰ ਮਾਸ਼ਾਅੱਲਾ ਹਰ ਕੁੰਡੀ ਦੇ ਵਿੱਚ 5 ਦਾਣੇ ਨੇ ਕੁਝ ਕੁੰਡੀਆਂ ਐਸੀਆਂ ਨੇ ਵਿੱਚ ਜਿਨ੍ਹਾਂ ਦੇ ਵਿੱਚ 7 ਦਾਣੇ ਵੀ ਨਿਕਲਦੇ ਨੇ। ਮਾਸ਼ਾਅੱਲਾ ਇਸ ਤੋਂ ਤੁਸੀਂ ਪ੍ਰੋਡਕਸ਼ਨ ਦਾ ਅੰਦਾਜ਼ਾ ਲਾ ਲਓ ਕਿ ਜਿੰਨਾ ਵੀ ਆਏਗਾ ਨਾ ਮੇਰਾ ਖਿਆਲ ਆਉਂਦਾ ਕਿ ਮੈਂ ਦੇ ਸਿੱਟਿਆਂ 'ਚ ਦਾਣੇ ਗਿਣੇ ਨੇ ਉਹ ਮਿਨੀਮਮ 103 ਦਾਣੇ ਅੱਛਾ ਤੇ ਮੈਕਸੀਮਮ 132 ਦਾਣੇ ਇੱਕ ਸਿੱਟੇ 'ਚ ਨਿਕਲੇ। ਲਓ ਜੀ ਕਮਾਲ ਹੋ ਗਿਆ, ਬੜੇ ਦਾਣੇ ਮਾਸ਼ਾਅੱਲਾ ਜ਼ਬਰਦਸਤ। ਇਸ ਤੋਂ ਤੁਸੀਂ ਕੈਲਕੂਲੇਸ਼ਨ ਕਰ। ਬਿਸਮਿਲਲਾਹਿਰਰਹਿਮਾਨਿਰਰਹੀਮ, ਅਸਲਾਮੁ ਅਲੈਕੁਮ ਵਰਹਿਮਤੁਲਲਾਹਿ ਵਬਰਕਾਤੁਹ। ਸਜਣਾ ਤੇ ਬੇਲੀਓ ਕੀ ਹਾਲ ਨੇ? ਉਮੀਦ ਕਰਦਾ ਹਾਂ ਕਿ ਬਿਲਕੁਲ ਜ਼ਬਰਦਸਤ ਔਰ ਫਿਟ ਫਾਟ ਹੋ। ਜਨਾਬੇ ਵਾਲਾ ਆਸਟ੍ਰੇਲੀਅਨ ਗੋਲਡਨ ਆਸਟ੍ਰੇਲੀਆ ਤੋਂ ਇੰਪੋਰਟ ਕੀਤੀ ਗਈ ਇੱਕ ਵੈਰਾਈਟੀ ਹੈ ਜਿਹੜੀ ਕਿ ਟ੍ਰਾਇਲ ਦੇ ਅੰਦਰ ਪਿਛਲੇ 2 ਸਾਲ ਲੱਗੀ ਹੈ ਔਰ ਸਾਡੇ ਨਾਲ ਜਿਹੜੇ ਮਹਿਮਾਨ ਬੈਠੇ ਨੇ ਇਹਨਾਂ ਉਸ ਦਾ ਜ਼ਬਰਦਸਤ ਕਿਸਮ ਦਾ ਟ੍ਰਾਇਲ ਕੀਤਾ ਹੈ। ਹਰ ਕਿਸਮ ਦੇ ਇਨਵਾਇਰਮੈਂਟ ਤੇ ਹਰ ਕਿਸਮ ਦੀ ਜ਼ਮੀਨ ਤੇ ਲਾ ਕੇ ਇਹਨਾਂ ਵੇਖਿਆ। ਆਸਟ੍ਰੇਲੀਆ ਦੇ ਅੰਦਰ ਉਸਦੀ ਐਵਰੇਜ ਆਉਂਦੀ ਸੀ 115 ਤੋਂ 120 ਮਣ ਤੱਕ। ਪਾਕਿਸਤਾਨ ਦੇ ਅੰਦਰ ਕਿਤਨੀ ਉਹਦਾ ਬੀ ਪਾਇਆ ਔਰ ਕਿਤਨੀ ਉਹਦੀ ਐਵਰੇਜ ਆਈ, ਉਹਦਾ ਕੱਦ ਕਿਤਨਾ ਆਇਆ ਔਰ ਉਸਦੀ ਬਿਮਾਰੀ ਕੋਈ ਆਈ ਹੈ ਨਹੀਂ ਆਈ, ਪੂਰੀ ਡਿਟੇਲ ਤੁਹਾਡੇ ਨਾਲ ਅੱਜ ਪੁੱਛ ਕੇ ਸ਼ੇਅਰ ਕਰਦੇ ਹਾਂ। ਫੌਰਨ ਤੋਂ ਪਹਿਲੇ ਮਹਿਮਾਨ ਨਾਲ ਤੁਹਾਡਾ ਤਾਰਫ ਕਰਵਾਉਂਦੇ ਹਾਂ ਜੀ। ਅਸਲਾਮੁ ਅਲੈਕੁਮ ਸਰ ਜੀ। ਵਾਲਸਲਾਮ ਜੀ। ਸਰ ਕੀ ਹਾਲ ਨੇ? ਠੀਕ ਹੋ? ਅਲਹਮਦੁਲਿਲਾਹ ਅਬਦੁਰਮਾਨ ਸਾਹਿਬ, ਸ਼ੁਕਰ ਅੱਲਾਹ ਦਾ ਖਰੀਏ, ਤੁਸੀਂ ਸੁਣਾਓ? ਜੀ ਬੜਾ ਰੱਬ ਦਾ ਇਹਸਾਨ ਹੈ ਜੀ, ਅਲਹਮਦੁਲਿਲਾਹ। ਅੱਛਾ ਸਰ, ਕਹਿਣ ਲਈ ਸਾਡੇ ਵਿਊਵਰਸ ਨੂੰ ਜ਼ਰਾ ਆਪਣਾ ਤਾਰਫ ਔਰ ਆਪਣੇ ਇਲਾਕੇ ਦਾ ਤਾਰਫ ਕਰਵਾ ਦਿਓ। ਜਨਾਬ ਰਾਸ਼ਦ ਚੀਮਾ 36 SV ਗੋਦਾ ਕਾਨੀਵਾਰ ਰੋਡ। ਮਾਸ਼ਾਅੱਲਾ, ਜਜ਼ਾਕੱਲਾ, ਸ਼ੁਕਰੀਆ ਜੀ। ਅੱਛਾ ਸਰ, ਇਹ ਫਰਮਾਓ ਕਿ ਤੁਹਾਡੇ ਕੋਲ ਆਸਟ੍ਰੇਲੀਅਨ ਬੋਰਡ 2 ਸਾਲ ਦਾ ਤੁਹਾਡੇ ਕੋਲ ਟ੍ਰਾਇਲ ਬੇਸ ਤੇ ਚੱਲਦੀ ਰਹੀ ਹੈ। ਜੀ ਬਿਲਕੁਲ। 2 ਸਾਲ ਦੇ ਵਿੱਚ ਤੁਸੀਂ ਇਹ ਫਰਮਾਓ ਕਿ ਕਿੰਨਾ ਬੀ ਤੁਸੀਂ ਪਾਉਂਦੇ ਰਹੇ ਹੋ ਤੇ ਉਹਦੀ ਕੀ ਐਵਰੇਜ ਤੁਹਾਡੇ ਕੋਲ ਆਉਂਦੀ ਰਹੀ ਹੈ, ਜਿਹੜੀ ਮਤਲਬ ਔਸਤ ਦੱਸੋ ਕਿ ਔਸਤ ਉਹਦੀ ਕੀ ਆਈ ਹੈ? ਔਸਤ ਦੀ ਐਵਰੇਜ ਜਿਹੜੀ ਸਾਡੇ ਕੋਲ ਆਈ ਹੈ ਜਿਹੜੀ ਉਹ ਆਈ ਹੈ ਜੀ 70। ਠੀਕ ਹੈ ਠੀਕ ਹੈ। ਕੁਝ ਇਲਾਕੇ ਐਸੇ ਨੇ ਜਿਨ੍ਹਾਂ ਦੇ ਵਿੱਚ ਫਾਰ ਐਗਜ਼ਾਮਪਲ ਹਾਫਜ਼ਾਬਾਦ 35 ਉਹਨੇ ਕੇ ਜੀ ਸੀਡਲ ਆਪਣੀ ਫੀਲਡ 'ਚ ਪਾਇਆ ਸੀ ਔਰ ਉਹਨੇ ਜਦੋਂ ਹਾਰਵੈਸਟ ਕੀਤੀ ਉਹਦੀ ਹਾਰਵੈਸਟਿੰਗ ਦੇ ਵਿੱਚ 90 ਮਣ ਉਹਦੀ ਨਿਕਲੀ ਹੈ ਪ੍ਰੋਡਕਸ਼ਨ। ਮਾਸ਼ਾਅੱਲਾ ਮਾਸ਼ਾਅੱਲਾ ਸਭ ਤੋਂ ਜ਼ਿਆਦਾ ਨਿਕਲੀ ਉਸਦੀ। ਲੇਕਿਨ ਉਧਰ ਸ਼ਹਦਾਦਪੁਰ ਇੱਧਰ ਸਿੰਧ ਦੇ ਵਿੱਚ ਵੀ ਕਾਫ਼ੀ ਜਿਹੜੀ ਨਾ ਉਹ ਵੀ 70 ਤੱਕ 72-80 ਤੱਕ ਆਈ ਹੈ। ਅੱਛਾ ਉਧਰ ਵੀ ਅੱਛੀ ਅੱਛੀ ਸਿੰਧ ਵਾਲੀ ਸਾਈਡ। ਹਾਂਜੀ ਸਿੰਧ ਵਾਲੀ ਆਈ ਤੇ ਇੱਥੇ ਉਸ ਤੋਂ ਬਾਅਦ ਚੀਚਾਵਤਨੀ ਜੀ ਇੱਕ ਦੋਸਤ ਨੇ ਲਾਈ ਸੀ। ਠੀਕ ਹੈ। ਕਿਉਂਕਿ ਕਾਫ਼ੀ ਲੋਕ ਮੇਰੇ ਕੋਲ ਸੀਡ ਲੈ ਕੇ ਜਾਂਦੇ ਰਹੇ ਨੇ, ਉਹਨਾਂ ਦੀ ਹੀਲਡ ਕਾਫ਼ੀ ਆਈ, ਉਹਨਾਂ ਦੀ 68 ਆਈ ਸੀ। ਤੁਹਾਡੀ ਜਿਹੜੀ ਹੈ ਜ਼ਮੀਨ ਹੈ, ਹਾਂਜੀ, ਕਿਸ ਕਿਸਮ ਦੀ ਜ਼ਮੀਨ ਹੈ ਔਰ ਕਿੰਨਾ ਬੀਜ ਲਾ ਕੇ ਕਿੰਨੀ ਯੀਲਡ ਆਈ ਤੁਹਾਡੀ? ਇਹ ਜੀ ਪੱਕੇ ਵੱਟ ਦੀ ਜ਼ਮੀਨ ਹੈ, ਇਹਦੇ ਵਿੱਚ ਅਸੀਂ 30 ਕਿਲੋ ਸੀਡ ਲਾ ਕੇ ਸਾਡੀ ਇਹ ਯੀਲਡ ਆਈ ਸੀ। ਮਾਸ਼ਾਅੱਲਾ ਜ਼ਬਰਦਸਤ। ਅੱਛਾ ਸਰ, ਇਹ ਫਰਮਾਓ ਕਿ ਕਿਉਂਕਿ ਇਹਦਾ ਸਿੱਟਾ ਜਿਹੜਾ ਨਾ ਜੀ ਸਾਰੀ ਬਿਰਮਨ ਸਾਹਿਬ ਦਾ ਸਿੱਟਾ ਜਿਹੜਾ ਨਾ 7 ਤੋਂ 8 ਇੰਚ ਤੱਕ ਹੁੰਦਾ। ਅੱਛਾ 7 ਦਾ ਵੀ ਹੋਏਗਾ 7.5 ਦਾ ਵੀ 8 ਇੰਚ ਤੱਕ ਇਹਦਾ ਸਿੱਟਾ ਹੁੰਦਾ। ਅੱਛਾ ਔਰ ਇਹਦੀਆਂ ਕੁੰਡੀਆਂ ਜਿਹੜੀਆਂ ਦੇ ਵਿੱਚ ਜਿਹੜੀ ਜਿਹਦੇ 'ਚ ਦਾਣੇ ਬਣਦੇ ਨੇ ਉਹ ਕੁੰਡੀਆਂ ਇਹਦੀਆਂ ਜਿਵੇਂ 22 ਤੋਂ ਲੱਗ ਕੇ ਨਾ 24 ਤੱਕ 23-24-22 ਇਸੀਆਂ ਕੁੰਡੀਆਂ ਹੁੰਦੀਆਂ ਨੇ। ਅੱਛਾ ਔਰ ਮਾਸ਼ਾਅੱਲਾ ਹਰ ਕੁੰਡੀ ਦੇ ਵਿੱਚ 5 ਦਾਣੇ ਨੇ, ਕੁਝ ਕੁੰਡੀਆਂ ਐਸੀਆਂ ਨੇ ਵਿੱਚ ਜਿਨ੍ਹਾਂ ਦੇ ਵਿੱਚ 7 ਦਾਣੇ ਵੀ ਨਿਕਲਦੇ ਨੇ। ਮਾਸ਼ਾਅੱਲਾ ਇਸ ਤਰ੍ਹਾਂ ਦੀ ਪ੍ਰੋਡਕਸ਼ਨ ਦਾ ਅੰਦਾਜ਼ਾ ਲਾ ਲਓ ਕਿ ਜਿੰਨਾ ਵੀ ਆਏਗਾ ਨਾ ਮੇਰਾ ਖਿਆਲ ਆਉਂਦਾ ਕਿ ਮੈਂ ਦੇ ਸਿੱਟਿਆਂ 'ਚ ਦਾਣੇ ਗਿਣੇ ਨੇ ਉਹ ਮਿਨੀਮਮ 103 ਦਾਣੇ। ਅੱਛਾ ਮੈਕਸਿਮਮ 132 ਦਾਣੇ ਇੱਕ ਸਿੱਟੇ ਨਿਕਲੇ। ਲੋ ਲੋ ਜੀ ਕਮਾਲ ਹੋ ਗਿਆ, ਬੜੇ ਦਾਣੇ ਮਾਸ਼ਾਅੱਲਾ ਜ਼ਬਰਦਸਤ। ਇਸ ਤੋਂ ਤੁਸੀਂ ਕੈਲਕੂਲੇਸ਼ਨ ਕਰ ਸਕਦੇ ਹੋ ਆਪਣੇ ਯਾਨੀ ਕਿ ਇਹ ਵਾਕਈ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਇਹ 70 ਤੋਂ ਉੱਤੇ ਜਾਂਦੀ ਹੈ।
जा सकती है, बंदा मेहनत करे, लेकिन यह है कि लाना चाहिए अक्तूबर के 20 तारीख तक। अच्छा यकम तो लैके यकम ही 20 जी ने 15 तो 20 दरमियान। अच्छा इस तरीके इन्होंने तरीकों से लाई जाए, मैक्सीम लेट भी है वो हो जाए 5 अक्तूबर तक। उस तो बाद जिनी लेट लाओगे समझ लो तुहाडी ये बिल्कुल प्रोडक्शन जी ना हाफ हो जाती है। ठीक है ज्यादा लेट लाद्या लादा 30 मन भी आएगी, 35 भी आएगी, 40 भी आएगी, वो इन लाना टाइम से प्रोडक्शन फिर देनी। अच्छा अर्ली वरायटी है, अर्ली वरायटी अगेती लानी, सब नाम अर्ली वरायटी है। अच्छा की रिकमेंड कर दो कि मुख्तलिफ इलाकों के बीज की मकदार सिंधल थोड़ा ज्यादा यूज होगा। अच्छा साढ़े जरा 30 तो पहले साल मैं भी 7 किलो लाया। अच्छा माशाला बड़ी प्रोडक्शन हुई थी। दूसरा हाइट बड़ी है, तूड़ी बड़ी बन दी। हाइट कितनी होती है? ये हाइट कम से कम जी 4 फुट उत्ते 5 फुट, 5 फुट तक चली, 5 फुट तक चली जाती। अच्छा माशाला जबरदस्त। और नार बड़ा मोटा है। अच्छा और ये जनाबे तूड़ी बड़ी बन दी है जी, सू जटा जनाबी चाहिए पठिया चाहिए। खाण के लिहाज जबरदस्त जी खाण, ग्लूटन सब पाकिस्तानी जी कणक ने घट है। 12-14 ग्लूटन ए 10। अच्छा माशाल्लाह। अच्छा ये सीड दे वाले ना, अगर हुन कोई फार्मर जेड़ा तुहाडी वीडियो वेख के अगर उसे सीड रिक्वायर्ड है, हां जी, ते वो किस तरह ले सकदा सीड? साडे राबता कर सकदा, साडे नाल सीड असीं उन्हूं प्रोवाइड करांगे, तुहाडे नाल राबता करे, साडे नाल राबता करे। तुसीं काइंडली जरा अपना नंबर ते शेयर कर। 0310-45-44-884 जी। ठीक हो गया, लो जी सजनो। गिरदी तो नहीं? हाँ गिरदी तो नहीं, ज्यादा नहीं गिरदी नहीं। जे तुसी ओ हिसाब दे कोदे पानी लाता एंड ते उदो जेड़ा वेदर चेक करदा रहना चाहिए, बने वी हवावां ते चल रही है, पानी आखरी ते पानी लाने में तैयार करनी चाहिए। अच्छा सर ये दसो के इद च कोई मतलब कोई इजाफी डोज देनी पौंदी है? इतनी एवरेज आउंदी है या दिया जी? असि मैं ते सिद्धी एक असल जी चीज है, रूड़ी पाओ अपनी जमीन च, ठीक है, रज रूड़ी पाओ, उस तो बाद थले खाद पा लो, उत्ते इन्हां नूं जनाबे डोज इन्नी जिहड़ी है ना उहदी पोटाश पटूश ते यूरिया जी ठीक है दे दिओ, या दी कैन द्वारा दी ठीक है, ते जिहड़ियां कलर वाली जमीनां ने उत्थे अमोनियम सल्फेट दे दिओ, ते जबरदस्त रिजल्ट है। छट्टा करना चाहिदा है ड्रिल? इहनूं जी ड्रिल करो, ड्रिल करनी चाहिए, ड्रिल करनी चाहिए। अच्छा ड्रिल दे विच 35 किलो? ड्रिल दे विच जनाबे 35 किलो। अच्छा जी छट्टे दे विच ज्यादा कर लो कोई, लेकिन ये है कि यार छट्टा मार के ओदी ओ बेड बना लो, बेड बना लो, मतलब ओ 2-2 फुट दे विच जल निकल जा, छट्टा मार के ओदे पानी दी बचत हो जाए, बेड शेप दे पानी दी बचत हो जाए, नाले ये कणक जेड़ी होंदी है ना उत्ते बेड ते ओ गिरदी नहीं। सही है, जिन्नी ओदी हाइट हो जाए नहीं गिरदी। लो जी चीमा साहब बड़ी बेहतरीन वैरायटी तुसी इंट्रोड्यूस करवाई, बहुत शुक्रिया। लो जी सजनो ऑस्ट्रेलियन गोल्डन के बारे इनफॉरमेशन, उम्मीद है तुम्हें बहुत सारी मिल गई होंगी। मजीद अगर कोई तुम्हारा सवाल हो कमेंट के अंदर तुम पूछ सकते हो, साडा नंबर भी मौजूद है, चीमा साहब का भी नंबर मौजूद है, मजीद इस फसल के बारे इनफॉरमेशन तुम ले सकते हो, कोई तुम कॉल करे तो गाइड तो कर सो। हाँ जी बिल्कुल, क्यों नहीं जी, बड़ी मेहरबानी। लो जी सजनो आज की वीडियो इतनी सी, चंगी जी वीडियो में इंशाल्लाह बहुत जल्दी तुम्हारे सामने फिर हाजिर होवांगे, तब तक वास्ते इजाजत, रब राखा, अस्सलाम वालेकुम।